ਕਰ ਪਾਣਗੇ ਕੈਨੇਡਾ ਦੇ ਵਿੱਚ ਬੇਸਿਕਲੀ ਜਿਹੜਾ ਸਮਾਂ ਆ ਇਹ ਬਹੁਤ ਮਜ਼ੇਦਾਰ ਰਿਹਾ ਬਿਕੋਜ਼ ਜਿੰਨਾ ਵੀਜ਼ਾ ਇਸ ਟਾਈਮ ਇੰਡੀਅਨਸ ਨੂੰ ਮਿਲਿਆ ਬਾਏ ਵਨ ਗੈਟ ਵਨ ਫ੍ਰੀ ਤੱਕ ਦੀਆਂ ਸਰਵਿਸਿਸ ਸੀਗੀਆਂ ਸੋ ਇਸ ਤੋਂ ਵੱਧ ਵੀਜ਼ਾ ਕੈਨੇਡਾ ਨੇ ਇੰਡੀਆ ਨੂੰ ਕਦੀ ਨਹੀਂ ਦਿੱਤੇ ਸੋ ਇਹ ਬਹੁਤ ਬਿਹਤਰੀਨ ਸਮਾਂ ਰਿਹਾ ਆ ਔਰ ਕੈਨੇਡਾ ਦੇ ਨਾਲ ਲਗਭਗ ਇਸ ਟਾਈਮ ਸਾਰੇ ਪੰਜਾਬੀਆਂ ਦਾ ਹੁਣ ਕਨੈਕਸ਼ਨ ਹੋ ਗਿਆ ਆ ਆਲਮੋਸਟ ਤੁਹਾਡੇ ਸਭ ਦਾ ਕੋਈ ਨਾ ਕੋਈ ਭਾਈ ਬੰਧੂ ਕੋਈ ਨਾ ਕੋਈ ਰਿਸ਼ਤੇਦਾਰ ਇਸ ਟਾਈਮ ਕੈਨੇਡਾ ਦੇ ਵਿੱਚ ਹੈਗਾ ਹੈ ਪਰ ਜਿਹੜਾ ਆਉਣ ਵਾਲਾ ਸਮਾਂ ਆ ਉੱਥੇ ਇਲੈਕਸ਼ਨਸ ਨੇ ਅਕਤੂਬਰ ਦੇ ਵਿੱਚ ਸੋ ਅਕਤੂਬਰ ਇਲੈਕਸ਼ਨਸ ਦੇ ਵਿੱਚ ਵੀਜ਼ਾ ਪਾਲਿਸੀਜ਼ ਅਗਰ ਇਹ ਸੇਮ ਗਵਰਨਮੈਂਟ ਰਿਪੀਟ ਨਹੀਂ ਹੁੰਦੀ ਇੰਨੀਆਂ ਫਰੈਂਡਲੀ ਨਹੀਂ ਰਹਿਣ ਵਾਲੀਆਂ ਸੋ ਵੀਜ਼ਾਸ ਦੇ ਵਿੱਚ ਬਦਲਾਅ ਹੋ ਸਕਦੇ ਨੇ ਇਹ ਸਿਰਫ ਕਿਆਸ ਲਾਏ ਜਾ ਰਹੇ ਨੇ ਹਾਲੇ ਬਿਕੋਜ਼ ਅਸੀਂ ਇਹਨੂੰ ਪ੍ਰੈਡਿਕਟ ਕਰਨ ਦੀ ਟਰਾਈ ਕਰ ਰਹੇ ਹਾਂ ਕੀ ਹੋ ਸਕਦਾ ਕੀ ਨਹੀਂ ਪਰ ਇਹ ਪ੍ਰੈਡਿਕਸ਼ਨ ਹਾਲੇ ਮਤਲਬ ਗਲਤ ਵੀ ਜਾ ਸਕਦੀਆਂ ਨੇ ਬਟ ਜੋ ਇੱਕ ਅਸੀਂ ਆਪਣੀ ਧਾਰਨਾ ਲੈ ਕੇ ਆ ਰਹੇ ਹਾਂ ਕਿ ਅਗਰ ਗਵਰਨਮੈਂਟ ਰਿਪੀਟ ਨਹੀਂ ਹੁੰਦੀ ਤੇ ਇਮੀਗ੍ਰੈਂਟਸ ਦੇ ਵੀਜ਼ਾ ਪਾਲਿਸੀ ਵਿੱਚ ਫਰਕ ਪੈ ਸਕਦਾ ਪਰ ਇਹ ਸਿਰਫ ਸਟੂਡੈਂਟਸ ਦੀ ਗੱਲ ਹੋ ਰਹੀ ਹੈ ਬਟ ਔਨ ਜਨਰਲ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਕੈਨੇਡਾ ਦੀ ਉਹ ਤਕਰੀਬਨ ਇਹੀ ਕਹਿਣ ਵਾਲੀ ਆ ਇਹਦੇ ਨਾਲ ਨਾਲ ਟੂਰਿਜ਼ਮ ਦੇ ਵਿੱਚ ਬਹੁਤ ਸਾਰੀਆਂ ਫੈਮਿਲੀਜ਼ ਦੇ ਕਨੈਕਸ਼ਨ ਨੇ ਟੂਰਿਸਟ ਵੀਜ਼ਾ ਦੇ ਵਿੱਚ ਕੋਈ ਬਹੁਤ ਜ਼ਿਆਦਾ ਤਬਦੀਲੀ ਨਹੀਂ ਹੋਣ ਵਾਲੀ ਹਾਂ ਸਟੂਡੈਂਟਸ ਨੂੰ ਥੋੜ੍ਹਾ ਬਹੁਤ ਸਫ਼ਰ ਕਰਨਾ ਪੈ ਸਕਦਾ ਕਿ ਜਿਸ ਤਰੀਕੇ ਨਾਲ ਕੈਨੇਡਾ ਇਸ ਟਾਈਮ ਬੈਸਟ ਡੈਸਟੀਨੇਸ਼ਨ ਹੈ ਨੰਬਰ ਵਨ ਡੈਸਟੀਨੇਸ਼ਨ ਹੈ ਔਰ ਸਟੂਡੈਂਟਸ ਨੂੰ ਇੱਕੋ ਇੱਕ ਪਤਾ ਹੈ ਕਿ 6 ਬੈਡ ਲਿਆਓ ਅਤੇ ਕੈਨੇਡਾ ਜਾਓ ਸੋ ਇਹ ਵਾਲੀ ਚੀਜ਼ 'ਚ ਸ਼ਾਇਦ ਕਿਤੇ ਨਾ ਕਿਤੇ ਫਰਕ ਪੈ ਜਾਵੇ ਸੋ ਲੈਟਸ ਹੋਪ ਫੋਰ ਦਾ ਬੈਸਟ ਬਾਕੀ ਵੇਖਦੇ ਹਾਂ ਜਦੋਂ ਸਮਾਂ ਆਏਗਾ ਉਹਦੇ ਐਕਚੁਅਲੀ ਪਤਾ ਲੱਗੇ ਸਟੱਡੀ ਤੇ ਟੂਰਿਸਟ ਵੀਜ਼ਾ ਦਾ ਇੱਕ ਜਾਣਿਆ ਪਹਿਚਾਣਿਆ ਨਾਮ ਰਾਇਲ ਟ੍ਰੈਵਲਸ ਪਿਛਲੇ 20 ਸਾਲਾਂ ਤੋਂ ਸਹੀ ਤੇ ਲੀਗਲ ਤਰੀਕੇ ਨਾਲ ਕੰਮ ਕਰ ਰਿਹਾ ਹੈ ਤਾਂ ਜੇ ਤੁਸੀਂ ਵੀ ਬਾਹਰ ਜਾਣ ਦੇ ਸੁਪਨੇ ਨੂੰ ਸਾਕਾਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਪਹੁੰਚੋ 165 ਡਿਫੈਂਸ ਕਲੋਨੀ ਜਲੰਧਰ ਜਾਂ ਕਾਲ ਕਰੋ 1-1-168-1-168 ਤੇ ਵੀ ਬਿਲੀਵ ਦੈਟ ਵੀਜ਼ਾ ਇਜ਼ ਸਾਇੰਸ ਸੋ ਨੋ ਦ ਸਾਇੰਸ ਆਫ ਵੀਜ਼ਾ